ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੋ ਸੂਬਿਆਂ ਦੇ ਚੋਣ ਨਤੀਜਿਆਂ ਦੀ, ਜਿਨ੍ਹਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਤਲਬ ਕੀਤਾ, ਪੰਜਾਬ ਦੇ ਵਿੱਚ ਵਿਰੋਧ ਹੋਣ ਲੱਗ ਪਿਆ ਹੈ। ਮਾਨ ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਨੇ। ਮਾਨ ਸਰਕਾਰ ਦੇ ਵੱਲੋਂ 1800 ਕਰੋੜ ਦਾ ਹੋਰ ਕਰਜ਼ਾ ਲਿਆ ਜਾਵੇਗਾ, ਇਹ ਵੀ ਖਬਰ ਸਾਹਮਣੇ ਆ ਗਈ ਹੈ। ਪੰਚਾਇਤੀ ਚੋਣਾਂ ਦੇ ਵਿੱਚ ਕਿੰਨੇ ਕਾਗਜ਼ ਰੱਦ ਹੋ ਗਏ ਨੇ, ਸਾਰੇ ਅੰਕੜੇ ਜਨਤਕ ਹੋ ਚੁੱਕੇ ਨੇ, ਉਹਨਾਂ ਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਅਕਾਲੀ ਦਲ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ 25 ਪਟੀਸ਼ਨਾਂ ਪਾ ਦਿੱਤੀਆਂ ਗਈਆਂ ਨੇ। ਕਾਂਗਰਸ ਪਾਰਟੀ ਨੇ ਵੀ ਇਹਨਾਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਜਾਣ ਦਾ ਐਲਾਨ ਕਰ ਦਿੱਤਾ ਹੈ। ਦੀਵਾਲੀ ਤੋਂ ਪਹਿਲਾਂ ਸਿਹਤ ਮਹਿਕਮਾ ਐਕਟਿਵ ਹੋ ਗਿਆ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਛਾਪੇ ਵੱਜਣ ਲੱਗ ਪਏ ਨੇ। ਵੱਖ-ਵੱਖ ਥਾਵਾਂ ਤੋਂ 2 ਮੌਤਾਂ ਨਸ਼ੇ ਦੇ ਕਰਕੇ ਹੋਈਆਂ ਨੇ, ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਚੋਣ ਨਤੀਜਿਆਂ ਤੋਂ ਕਰਦੇ ਹਾਂ। ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ। 8 ਅਕਤੂਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਅਤੇ ਇਹਨਾਂ ਨਤੀਜਿਆਂ ਨੇ ਸਾਰੇ ਐਗਜ਼ਿਟ ਪੋਲਾਂ ਨੂੰ ਇੱਕ ਵਾਰ ਫਿਰ ਤੋਂ ਝੂਠਿਆਂ ਪਾ ਕੇ ਰੱਖ ਦਿੱਤਾ ਹੈ। ਪੂਰੇ ਭਾਰਤ ਦੇ ਲੋਕਾਂ ਨੂੰ ਇਹਨਾਂ ਨਤੀਜਿਆਂ ਨੇ ਹੈਰਾਨ ਕਰ ਦਿੱਤਾ। ਸਭ ਤੋਂ ਜ਼ਿਆਦਾ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਰਿਆਣਾ ਵਿਧਾਨ ਸਭਾ ਦੇ ਵਿੱਚ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿੱਤ ਦੀ ਹੈਟ੍ਰਿਕ ਬਣਾ ਲਈ ਗਈ ਹੈ। ਭਾਵ ਲਗਾਤਾਰ 3ਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਦੇ ਵਿੱਚ ਬਣ ਗਈ ਹੈ। ਗੱਲ ਜੇਕਰ ਹਰਿਆਣਾ ਦੀ ਕਰੀਏ ਤਾਂ 90 ਸੀਟਾਂ ਨੇ, 46 ਦੀ ਬਹੁਮਤ ਚਾਹੀਦੀ ਹੈ ਅਤੇ ਰੁਝਾਨਾਂ ਦੇ ਮੁਤਾਬਕ, ਨਤੀਜਿਆਂ ਦੇ ਮੁਤਾਬਕ 48 ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ। ਕਾਂਗਰਸ 37 ਸੀਟਾਂ ਤੱਕ ਮਹਿਦੂਦ ਰਹਿ ਗਈ। ਇਨੈਲੋ ਨੂੰ 2 ਸੀਟਾਂ ਮਿਲੀਆਂ, ਆਜ਼ਾਦ 3 ਜਿੱਤ ਗਏ। JJP ਜਿਹੜੀ ਕਿ ਪਿਛਲੀ ਵਾਰ 10 ਸੀਟਾਂ ਜਿੱਤੀ ਸੀ, ਉਸਦਾ ਖਾਤਾ ਵੀ ਨਹੀਂ ਖੁੱਲ੍ਹਾ, ਇੱਥੋਂ ਤੱਕ ਕਿ ਦੁਸ਼ਯੰਤ ਚੌਟਾਲਾ ਦੀ ਆਪਣੀ ਵੀ ਜ਼ਮਾਨਤ ਜ਼ਬਤ ਹੋ ਗਈ। ਆਮ ਆਦਮੀ ਪਾਰਟੀ ਦੇ ਵੱਲੋਂ ਗੱਜ ਵੱਜ ਕੇ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਖਾਤਾ ਤੱਕ ਵੀ ਆਮ ਆਦਮੀ ਪਾਰਟੀ ਦਾ ਹਰਿਆਣੇ ਦੇ ਵਿੱਚ ਨਹੀਂ ਖੁੱਲ੍ਹਾ। ਜਦਕਿ ਆਪ ਵੱਲੋਂ ਦਾਅਵਾ ਇਹ ਕੀਤਾ ਜਾ ਰਿਹਾ ਸੀ ਕਿ ਹਰਿਆਣੇ ਤੋਂ ਹੀ ਹਨ ਅਰਵਿੰਦ ਕੇਜਰੀਵਾਲ, ਇਸ ਕਰਕੇ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ। ਪਰ ਹਰਿਆਣਾ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ। ਪਰ ਜਿਸ ਤਰੀਕੇ ਨਾਲ ਐਗਜ਼ਿਟ ਪੋਲਾਂ ਦੇ ਵਿੱਚ ਕਾਂਗਰਸ ਦੀ ਜਿੱਤ ਵਿਖਾਈ ਜਾ ਰਹੀ ਸੀ, ਪਰ ਜਿੱਤ ਗਈ ਭਾਜਪਾ, ਇਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਾ ਹੈ। ਗੱਲ ਜੰਮੂ ਕਸ਼ਮੀਰ ਦੀ ਕਰੀਏ ਤਾਂ ਜੰਮੂ ਦੇ ਇਲਾਕੇ ਦੇ ਵਿੱਚ ਤਾਂ ਭਾਜਪਾ ਦੇ ਵੱਲੋਂ ਆਪਣਾ ਝੰਡਾ ਲਹਿਰਾ ਦਿੱਤਾ ਗਿਆ, ਵੱਧ ਸੀਟਾਂ 'ਤੇ ਜਿੱਤ ਦਰਜ ਕਰ ਲਈ ਜੰਮੂ ਖੇਤਰ ਦੇ ਵਿੱਚ ਭਾਜਪਾ ਨੇ। ਪਰ ਕਸ਼ਮੀਰ ਦੇ ਖੇਤਰ ਦੇ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਦਾ ਗੜਜੋੜ ਬਾਜ਼ੀ ਮਾਰ ਗਿਆ। ਇੰਡੀਆ ਗੜਜੋੜ ਦੀ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਬਣ ਗਈ ਹੈ, ਉੱਥੇ ਵੀ 90 ਸੀਟਾਂ ਦੇ ਲਈ ਹੀ ਚੋਣਾਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਗੜਜੋੜ 49 ਸੀਟਾਂ 'ਤੇ ਜਿੱਤ ਦਰਜ
ਕਰਦਾ ਵਿਖਾਈ ਦੇ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਪਾਲੇ ਦੇ ਵਿੱਚ 29 ਸੀਟਾਂ ਆਈਆਂ ਨੇ। ਪੀਡੀਪੀ ਸਿਰਫ 3 ਸੀਟਾਂ 'ਤੇ ਰਹਿ ਗਈ ਹੈ, ਹੋਰ 9 ਸੀਟਾਂ ਲੈ ਗਏ ਹਨ। ਪਰ ਸਭ ਤੋਂ ਜਿਹੜੀ ਕਿ ਆਮ ਆਦਮੀ ਪਾਰਟੀ ਲਈ ਇੱਕ ਚੰਗੀ ਖਬਰ ਜ਼ਰੂਰ ਆਖੀ ਜਾ ਸਕਦੀ ਹੈ, ਹਰਿਆਣਾ ਦੇ ਵਿੱਚ ਭਾਵੇਂ ਖਾਤਾ ਨਹੀਂ ਖੁੱਲ੍ਹਾ ਕਿਉਂਕਿ ਜ਼ਿਆਦਾ ਜ਼ੋਰ ਹਰਿਆਣੇ ਦੇ ਵਿੱਚ ਲਾਇਆ ਸੀ, ਇਸ ਦੇ ਬਾਵਜੂਦ ਜੰਮੂ ਕਸ਼ਮੀਰ ਦੀ ਡੋਡਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਡੋਡਾ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਜਿੱਤ ਗਿਆ ਹੈ, ਜੰਮੂ ਕਸ਼ਮੀਰ ਸੂਬੇ ਦੇ ਵਿੱਚ ਵੀ ਐਂਟਰੀ ਕਰ ਲਈ ਹੈ ਆਮ ਆਦਮੀ ਪਾਰਟੀ ਨੇ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪੈਰ ਭੁੰਜੇ ਲੱਗਦੇ ਵਿਖਾਈ ਨਹੀਂ ਦਿੰਦੇ। ਦੋਵਾਂ ਦੇ ਵੱਲੋਂ ਟਵੀਟ ਕੀਤੇ ਗਏ ਅਤੇ ਦੋਵਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਕਿ 5ਵਾਂ ਸੂਬਾ ਹੈ ਜਿੱਥੇ ਆਪਣੀ ਐਂਟਰੀ ਹੋ ਗਈ ਹੈ, ਵਿਧਾਨ ਸਭਾ ਦੇ ਵਿੱਚ ਆਪਣਾ ਇੱਕ ਵਿਧਾਇਕ ਹੁਣ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਇਸ ਇੱਕ ਸੀਟ ਮਿਲਣ 'ਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਪਰ ਓਵਰਆਲ ਜੋ ਦੋਵੇਂ ਸੂਬਿਆਂ ਦੇ ਨਤੀਜੇ ਸਾਹਮਣੇ ਆਏ ਨੇ ਉਹਨਾਂ ਨੇ ਲੋਕਾਂ ਨੂੰ ਹੈਰਾਨ ਜ਼ਰੂਰ ਕਰਕੇ ਰੱਖ ਦਿੱਤਾ ਹੈ, ਕਿਉਂਕਿ ਮਾਹੌਲ ਅਜਿਹਾ ਬਣਿਆ ਸੀ ਕਿ ਹਰਿਆਣੇ ਦੇ ਵਿੱਚ ਤਾਂ ਕਾਂਗਰਸ ਪਾਰਟੀ ਜਿੱਤੀ ਪਈ ਹੈ, ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੇ ਪਿਛਲੀ ਵਾਰ ਦੇ ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ। ਪਿਛਲੀ ਵਾਰ ਉਹਨਾਂ ਨੂੰ 40 ਦੇ ਕਰੀਬ ਸੀਟਾਂ ਆਈਆਂ ਸੀ ਅਤੇ ਇਸ ਵਾਰ ਉਹ 50 ਦੇ ਨੇੜੇ ਟੁੱਕਦੇ ਨਜ਼ਰ ਆਏ ਨੇ। ਇਸਦਾ ਮਤਲਬ ਇਹ ਹੈ ਕਿ ਤੀਜੀ ਵਾਰ ਸਰਕਾਰ ਉਹ ਵੀ ਵਧੇਰੇ ਸੀਟਾਂ ਨਾਲ ਬਣਾ ਕੇ ਭਾਰਤੀ ਜਨਤਾ ਪਾਰਟੀ ਨੇ ਸਿਆਸਤ ਦੇ ਵਿੱਚ ਆਪਣਾ ਦਬਦਬਾ ਇੱਕ ਵਾਰ ਫਿਰ ਤੋਂ ਕਾਇਮ ਕਰ ਲਿਆ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਮੁਤਾਬਕ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਤਲਬ ਕੀਤਾ ਗਿਆ। ਪੰਜਾਬ ਦੇ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਤਲਬ ਕੀਤੇ, ਇਕੱਲੇ ਦੇ ਨਾਲ ਮੀਟਿੰਗ ਕੀਤੀ। ਰਿਪੋਰਟ ਦੇ ਮੁਤਾਬਕ ਸਾਰੇ ਮੰਤਰੀਆਂ ਦਾ ਰਿਪੋਰਟ ਕਾਰਡ ਚੈੱਕ ਕੀਤਾ ਅਰਵਿੰਦ ਕੇਜਰੀਵਾਲ ਨੇ, ਪੁੱਛਿਆ ਦੱਸੋ ਹੁਣ ਤੱਕ ਤੁਸੀਂ ਕੀ ਕੀਤਾ ਹੈ। ਰਿਪੋਰਟ ਕਾਰਡ ਚੈੱਕ ਕੀਤਾ ਅਤੇ ਆਉਂਦੇ 1 ਸਾਲ ਲਈ ਟਾਰਗੇਟ ਦੇ ਕੇ ਘਰਾਂ ਨੂੰ ਤੋੜ ਦਿੱਤਾ, ਭਾਵ ਕਲਾਸ ਲਾਈ ਹੈ। ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਕੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਉਹਨਾਂ ਦੇ ਰਿਪੋਰਟ ਕਾਰਡ ਚੈੱਕ ਕੀਤੇ ਅਤੇ ਆਉਂਦੇ 1 ਸਾਲ ਲਈ ਟਾਰਗੇਟ ਦੇ ਕੇ ਉਹਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ। ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਨੂੰ ਲੈ ਕੇ ਵਿਰੋਧ ਹੋਣ ਲੱਗ ਪਿਆ ਹੈ, ਕਿਉਂਕਿ ਮੰਤਰੀ ਜਵਾਬਦੇਹ ਹੁੰਦੇ ਨੇ ਮੁੱਖ ਨੂੰ, ਮੁੱਖ ਮਤਲਬ ਮੁੱਖ ਮੰਤਰੀ। ਇਸ ਤੋਂ ਬਾਅਦ ਹੁਣ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਖਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਕੇ ਜੋ ਅਰਵਿੰਦ ਕੇਜਰੀਵਾਲ ਨੇ ਇਹਨਾਂ ਮੰਤਰੀਆਂ ਨੂੰ ਦਿੱਲੀ ਤਲਬ ਕੀਤਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਦਿਨ ਗਿਣੇ ਜਾ ਰਹੇ ਹਨ। ਮਤਲਬ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਹਨਾਂ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਇੱਕ ਮੀਡੀਆ ਸਲਾਹਕਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵਿੱਚ ਦਾਖਲ ਹੋਣ ਤੋਂ ਵੀ ਰੋਕਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪੰਜਾਬੀਆਂ ਨੂੰ ਪਾਸੇ ਹੋਣ ਲਈ ਆਖਿਆ ਜਾ ਰਿਹਾ ਹੈ। ਆਪ ਲੀਡਰਸ਼ਿਪ ਦੇ ਅੰਦਰ ਇਹ ਸੱਤਾ ਦਾ ਟਕਰਾਅ ਪੰਜਾਬ ਦੇ ਸੰਕਟ ਨੂੰ ਹੋਰ ਡੂੰਘਾ ਕਰੇਗਾ। ਬਾਜਵਾ ਦੇ ਵੱਲੋਂ ਇਹ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ ਕਿ ਜੇਕਰ ਆਪ ਦੇ ਲੀਡਰ ਸੱਤਾ ਲਈ ਇਸ ਤਰੀਕੇ ਨਾਲ ਟਕਰਾਅ ਕਰਦੇ ਰਹਿਣਗੇ ਤਾਂ ਪੰਜਾਬ ਦਾ ਨੁਕਸਾਨ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਇੱਥੇ CM ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਕਥਿਤ ਟਕਰਾਅ ਨੂੰ ਲੈ ਕੇ ਟਿੱਪਣੀ
ਕੀਤੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਮਾਨ ਸਰਕਾਰ ਦੇ ਮੰਤਰੀ ਮੰਡਲ ਦੀ ਇੱਕ ਬੈਠਕ ਚੰਡੀਗੜ੍ਹ ਦੇ ਵਿੱਚ ਹੋਈ। ਪਹਿਲਾਂ ਇਸ ਬੈਠਕ ਦੀ ਥਾਂ ਜਲੰਧਰ ਰੱਖੀ ਗਈ ਸੀ, ਪਰ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਦੀ ਜਗ੍ਹਾ ਬਦਲ ਦਿੱਤੀ ਗਈ ਅਤੇ ਚੰਡੀਗੜ੍ਹ ਦੇ ਵਿੱਚ ਹੀ ਇਸ ਮੰਤਰੀ ਮੰਡਲ ਦੀ ਬੈਠਕ ਨੂੰ ਕੀਤਾ ਗਿਆ। ਬੈਠਕ ਤੋਂ ਬਾਅਦ ਮੰਤਰੀ ਅਮਨ ਅਰੋੜਾ ਅਤੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਇਹਨਾਂ ਦੋਵਾਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਇਸ ਕੈਬਨਿਟ ਬੈਠਕ ਦੇ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਕੀ ਫੈਸਲੇ ਇਸ ਬੈਠਕ ਦੇ ਵਿੱਚ ਸਰਕਾਰ ਦੇ ਵੱਲੋਂ ਲਏ ਗਏ ਨੇ। ਗੱਲ ਜੇਕਰ ਕੀਤੀ ਜਾਵੇ ਪਹਿਲੇ ਫੈਸਲੇ ਦੀ, ਤਾਂ ਇਸ ਦੇ ਵਿੱਚ ਮਿਲਿੰਗ ਪਾਲਿਸੀ ਨੂੰ ਮਨਜ਼ੂਰੀ ਸਰਕਾਰ ਨੇ ਦੇ ਦਿੱਤੀ ਹੈ। ਮਿਲਿੰਗ ਪਾਲਿਸੀ, ਪੰਜਾਬ ਕਸਟਮ ਮਿਲਿੰਗ ਪਾਲਿਸੀ 2024-25 ਦੇ ਸੀਜ਼ਨ ਲਈ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਤਾਵਰਣ ਕਲੀਅਰੈਂਸ ਪ੍ਰੋਸੈਸਿੰਗ ਫੀਸ ਦੇ ਵਿੱਚ ਕਟੌਤੀ ਕਰਨ ਦਾ ਵੀ ਫੈਸਲਾ ਸਰਕਾਰ ਨੇ ਲਿਆ ਹੈ, ਤਾਂ ਜੋ ਉਦਯੋਗਾਂ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ ਅਤੇ ਉਦਯੋਗਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਪਹਿਲਾਂ ਉਹਨਾਂ ਨੂੰ ਕੁੱਲ ਲਾਗਤ ਦੇ ਪ੍ਰਤੀ ਕਰੋੜ ਰੁਪਏ ਦੇ ਉੱਤੇ 10,000 ਰੁਪਈਆ ਇਹ ਫੀਸ ਦੇਣੀ ਪੈਂਦੀ ਸੀ, ਪਰ ਹੁਣ ਸਰਕਾਰ ਨੇ 7 ਨਵੀਆਂ ਸਲੈਬਾਂ ਬਣਾ ਦਿੱਤੀਆਂ ਨੇ, ਜਿਸ ਦੇ ਨਾਲ ਉਦਯੋਗਾਂ ਨੂੰ ਰਾਹਤ ਮਿਲੇਗੀ। ਡੈਮਾਂ ਦੇ ਸੁਧਾਰਾਂ ਦੇ ਲਈ 281 ਕਰੋੜ ਰੁਪਏ ਖਰਚਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ 281 ਕਰੋੜ ਰੁਪਏ ਦੇ ਵਿੱਚੋਂ 196.7 ਕਰੋੜ ਰੁਪਏ ਦਾ ਵਿਸ਼ਵ ਬੈਂਕ ਤੋਂ ਕਰਜ਼ਾ ਲਿਆ ਜਾਵੇਗਾ। ਸਰਕਾਰ ਕਰਜ਼ਾ ਲੈ ਕੇ ਡੈਮਾਂ ਦੀ ਮੁਰੰਮਤ ਕਰਵਾਵੇਗੀ ਅਤੇ ਬਾਕੀ ਦਾ ਜੋ ਪੈਸਾ ਹੈ 84.3 ਕਰੋੜ ਰੁਪਈਆ ਉਹ ਪੰਜਾਬ ਸਰਕਾਰ ਦੇ ਬਜਟ ਦੇ ਵਿੱਚੋਂ ਉਸਦੀ ਵਿਵਸਥਾ ਕੀਤੀ ਜਾਵੇਗੀ। ਕਹਿਣ ਦਾ ਮਤਲਬ ਇਹ ਹੈ ਕਿ ਵਿਸ਼ਵ ਬੈਂਕ ਤੋਂ ਕਰਜ਼ਾ ਲੈ ਕੇ 70% ਕਰਜ਼ਾ ਲੈ ਕੇ ਜੋ ਕੁੱਲ ਰਕਮ ਖਰਚੀ ਜਾਣੀ ਹੈ ਉਸਦਾ 70% ਪੰਜਾਬ ਸਰਕਾਰ ਦੇ ਵੱਲੋਂ ਵਿਸ਼ਵ ਬੈਂਕ ਤੋਂ ਕਰਜ਼ਾ ਲਿਆ ਜਾਵੇਗਾ। ਇਹ ਕੁਝ ਅਹਿਮ ਫੈਸਲੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਰਕਾਰ ਨੇ ਲਏ ਨੇ। ਅੱਗੇ ਵਧਦੇ ਹਾਂ। 1800 ਕਰੋੜ ਰੁਪਏ ਦਾ ਹੋਰ ਕਰਜ਼ਾ ਮਾਨ ਸਰਕਾਰ ਲੈਣ ਜਾ ਰਹੀ ਹੈ। ਜਾਗਰਣ ਦੀ ਰਿਪੋਰਟ ਦੇ ਮੁਤਾਬਕ ਮੰਡੀ ਬੋਰਡ ਦੇ ਜ਼ਰੀਏ ਇਹ ਕਰਜ਼ਾ ਸਰਕਾਰ ਦੇ ਵੱਲੋਂ ਲਿਆ ਜਾਵੇਗਾ ਅਤੇ ਇਸ ਦੇ ਨਾਲ ਪੰਜਾਬ ਦੇ ਸਿਰ 'ਤੇ ਜੋ ਕਰਜ਼ਾ ਹੈ ਉਸਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲੇਗਾ ਅਤੇ ਇਸ ਮੁੱਦੇ 'ਤੇ ਸਰਕਾਰ ਨੂੰ ਵਿਰੋਧੀਆਂ ਨੇ ਘੇਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਰਿਪੋਰਟ ਦਾਵਾ ਕਰਦੀ ਹੈ RDF ਨਹੀਂ ਮਿਲਿਆ ਪੰਜਾਬ ਸਰਕਾਰ ਨੂੰ, ਪੂਰੇ ਪੰਜਾਬ ਦੇ ਵਿੱਚ ਸੜਕਾਂ ਦਾ ਮੰਦਾ ਹਾਲ ਹੈ, ਇਸ ਕਰਕੇ ਇਹ ਕਰਜ਼ਾ ਲੈ ਕੇ ਸਰਕਾਰ ਦੇ ਵੱਲੋਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਪੈਚ ਵਰਕ ਕਰਵਾਉਣ ਲਈ ਵੀ ਸਰਕਾਰ ਦੇ ਵੱਲੋਂ ਹੁਣ ਕਰਜ਼ਾ ਲਿਆ ਜਾ ਰਿਹਾ ਹੈ, ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਹ ਖਬਰਾਂ ਪੰਜਾਬ ਲਈ, ਪੰਜਾਬੀਆਂ ਲਈ ਬਿਲਕੁਲ ਚੰਗੀਆਂ ਨਹੀਂ ਆਖੀਆਂ ਜਾ ਸਕਦੀਆਂ ਕਿ ਪੰਜਾਬ ਸਰਕਾਰ ਦੇ ਕੋਲ ਪੈਚ ਵਰਕ ਕਰਵਾਉਣ ਲਈ ਵੀ ਪੈਸੇ ਹੈ ਨਹੀਂ, ਜੋ ਕਰਜ਼ਾ ਲੈ ਕੇ ਪੈਚ ਵਰਕ ਕਰਵਾਉਣ ਦਾ ਕੰਮ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਇਸ ਮੁੱਦੇ 'ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਜਿਹੜੇ ਆਖਦੇ ਸਨ ਪਹਿਲਾਂ ਕਰਜ਼ਾ ਵੀ ਲਾ ਦੇਵਾਂਗੇ, ਹੁਣ ਉਹ ਪੰਜਾਬ ਦੇ ਸਿਰ ਕਰਜ਼ਾ ਲਗਾਤਾਰ ਵਧਾ ਰਹੇ ਨੇ, ਟਿੱਚਰਾਂ ਕਰਨ ਲੱਗ ਪਈਆਂ ਨੇ ਵਿਰੋਧੀ ਧਿਰਾਂ। ਅੱਗੇ ਵਧਦੇ ਹਾਂ। ਸਰਕਾਰ ਦੇ ਕੋਲ ਜੇਕਰ ਪੈਸਾ ਨਹੀਂ ਹੈ ਤਾਂ ਸਰਕਾਰ ਦੇ ਵੱਲੋਂ ਕਈ ਹੀ ਲੇ ਵਸੀਲੇ ਵਰਤੇ ਜਾ ਰਹੇ ਨੇ ਕਿ ਲੋਕਾਂ ਦੇ ਕੋਲੋਂ ਪੈਸੇ ਕਢਵਾ ਕੇ ਖਜ਼ਾਨੇ ਦੇ ਵਿੱਚ ਪਾਏ ਜਾਣ। ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਨਵੇਂ ਟੈਕਸ ਵੀ ਸਰਕਾਰ ਨੇ ਲਾਏ,
ਪੁਰਾਣੇ ਟੈਕਸ ਵਧਾਏ ਅਤੇ ਜੋ ਜ਼ਮੀਨਾਂ ਦੇ ਕਲੈਕਟਰ ਰੇਟ ਹਨ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ, ਕਿਉਂਕਿ ਕਲੈਕਟਰ ਰੇਟ ਦੇ ਹਿਸਾਬ ਦੇ ਨਾਲ ਹੀ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਅਤੇ ਉਸੇ ਰੇਟ ਦੇ ਆਧਾਰ 'ਤੇ ਹੀ ਸਰਕਾਰ ਨੂੰ ਵੀ ਰੈਵੇਨਿਊ ਹਾਸਲ ਹੁੰਦਾ ਹੈ। ਇਸ ਕਰਕੇ ਜੇਕਰ ਕਲੈਕਟਰ ਰੇਟ ਵੱਧ ਹੋਵੇਗਾ, ਰਜਿਸਟਰੀਆਂ ਮਹਿੰਗੀਆਂ ਹੋਣਗੀਆਂ ਅਤੇ ਸਰਕਾਰ ਦਾ ਹਿੱਸਾ ਵੀ ਵਧੇਗਾ, ਭਾਵ ਰੈਵੇਨਿਊ ਵਧੇਗਾ, ਟੈਕਸ ਦੇ ਜ਼ਰੀਏ ਸਰਕਾਰ ਦੇ ਕੋਲ ਵਧੇਰੇ ਪੈਸਾ ਜਾਵੇਗਾ। ਹੁਣ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪ੍ਰੋਪਰਟੀ ਡੀਲਰਾਂ ਦੇ ਵੱਲੋਂ, ਕੋਲੋਨਾਈਜ਼ਰਾਂ ਦੇ ਵੱਲੋਂ ਅਤੇ ਡੀਡ ਰਾਈਟਰ ਐਸੋਸੀਏਸ਼ਨ ਦੇ ਵੱਲੋਂ ਇੱਕ ਧਰਨਾ ਦਿੱਤਾ ਗਿਆ, ਜਿਸ ਨੂੰ ਸਮਰਥਨ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਵੀ ਦੇ ਦਿੱਤਾ। ਇਹ ਲੋਕ ਆਖਦੇ ਨੇ ਜੇਕਰ ਸਰਕਾਰ ਦੇ ਕੋਲ ਪੈਸਾ ਹੈ ਨਹੀਂ, ਸਾਡਾ ਹੀ ਗਲ ਘੁੱਟਣਾ ਹੁੰਦਾ ਹੈ, ਪ੍ਰੋਪਰਟੀ ਦਾ ਕਾਰੋਬਾਰ ਹੀ ਮਾਰ ਦੇਣਾ। 5 ਸਾਲਾਂ ਬਾਅਦ ਆਮ ਤੌਰ 'ਤੇ ਕਲੈਕਟਰ ਰੇਟ ਵੱਧਦੇ ਨੇ, ਪਰ ਇਸ ਸਰਕਾਰ ਨੇ 2 ਸਾਲਾਂ ਦੇ ਵਿੱਚ 4ਵੀਂ ਵਾਰ ਕਲੈਕਟਰ ਰੇਟ ਵਧਾ ਦਿੱਤੇ ਨੇ। ਸਾਡਾ ਕਾਰੋਬਾਰ ਮਰ ਜਾਣਾ, ਅਸੀਂ ਰੋਟੀ ਕਿੱਥੋਂ ਖਾਵਾਂਗੇ? ਜੇਕਰ ਕਲੈਕਟਰ ਰੇਟ ਹੀ ਇੰਨੇ ਵੱਧ ਜਾਣਗੇ, ਨਾ ਕਿਸੇ ਨੇ ਕੁਝ ਖਰੀਦਣਾ, ਨਾ ਕਿਸੇ ਨੇ ਕੁਝ ਵੇਚਣਾ, ਕਿਉਂਕਿ ਫਿਰ ਰੇਟ ਜ਼ਿਆਦਾ ਵਧਣਗੇ ਤਾਂ ਕੰਮ ਸਾਰਾ ਮਹਿੰਗਾ ਪੈ ਜਾਣਾ। ਸਰਕਾਰ ਇਸ ਪਾਸੇ ਵੱਲ ਧਿਆਨ ਕਿਉਂ ਨਹੀਂ ਦਿੰਦੀ? ਸਿਰਫ ਆਪਣਾ ਪੈਸਾ ਇਕੱਠਾ ਕਰਨ ਵਾਲੀ ਧਿਆਨ ਕਿਉਂ ਦੇਈ ਜਾਂਦੀ ਹੈ? ਅਸੀਂ ਵੀ ਆਪਣੀ ਰੋਟੀ ਖਾਣੀ ਹੁੰਦੀ ਆ, ਸਾਨੂੰ ਹੀ ਕਿਉਂ ਪੈ ਜਾਂਦੇ ਹੋ? ਇਹ ਪ੍ਰੋਪਰਟੀ ਜੋ ਕਾਰੋਬਾਰੀ ਹਨ ਉਹਨਾਂ ਨੂੰ ਹੀ ਸਰਕਾਰ ਕਿਉਂ ਪੈ ਜਾਂਦੀ ਹੈ? ਹੋਰ ਹੀ ਲੇ ਵਸੀਲੇ ਇਕੱਠੇ ਕਰਨਾ, ਉਹਨਾਂ ਤੋਂ ਪੈਸੇ ਇਕੱਠੇ ਕਰਨਾ, ਪਰ ਵਾਰ ਵਾਰ ਕਲੈਕਟਰ ਰੇਟ ਵਧਾਉਣਾ ਬਿਲਕੁਲ ਠੀਕ ਨਹੀਂ ਹੈ। ਅਤੇ ਹੋਰ ਆਖੀ ਜਾਂਦੇ ਨੇ ਹੋਰ ਵਧਾਉਣਾ ਹੈ। ਅਸੀਂ ਮੰਗ ਪੱਤਰ ਦੇਣ ਗਏ ਡੀਸੀ ਕੋਲ ਕਿ ਘਟਾਓ, ਵਾਪਸ ਲਓ ਜਿਹੜਾ ਵਧਾਇਆ। ਡੀਸੀ ਨੇ ਆਖਿਆ ਅਜੇ ਤਾਂ ਹੋਰ ਵਧਾਉਣਾ। ਵੇਖੋ ਇਹ ਸਰਕਾਰ ਕਿਵੇਂ ਦੀ ਹੈ, ਮੰਗ ਪੱਤਰ ਦੇਣ ਗਿਆ ਨੂੰ ਹੋਰ ਚੇਤਾਵਨੀ ਦੇ ਦਿੰਦੇ ਨੇ ਹੋਰ ਵਧਾ ਦੇਵਾਂਗੇ, ਪਰ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਸਰਕਾਰ ਦੇ ਖਿਲਾਫ ਅਸੀਂ ਸੰਘਰਸ਼ ਹੋਰ ਤਿੱਖਾ ਕਰ ਦਿਆਂਗੇ। ਪ੍ਰੋਪਰਟੀ ਦਾ ਕਾਰੋਬਾਰ ਇਸ ਤਰੀਕੇ ਨਾਲ ਸਰਕਾਰ ਮਾਰ ਹੀ ਦੇਵੇਗੀ। ਐਨਓਸੀਆਂ ਤਾਂ ਪਹਿਲਾਂ ਨਹੀਂ ਮਿਲਦੀਆਂ। ਭਗਵੰਤ ਮਾਨ ਕਿੰਨੀ ਵਾਰ ਐਲਾਨ ਕਰ ਚੁੱਕੇ ਕਿ ਐਨਓਸੀ ਨਹੀਂ ਚਾਹੀਦੀ। ਦਫ਼ਤਰਾਂ 'ਚ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਐਨਓਸੀ ਚਾਹੀਦੀ ਜਾਂ ਫਿਰ ਨਹੀਂ ਚਾਹੀਦੀ। ਭਗਵੰਤ ਮਾਨ ਬੱਚੇ ਥੋੜ੍ਹੀ ਕਿ ਉਹਨਾਂ ਨੂੰ ਪਤਾ ਨਹੀਂ ਕੀ ਚੱਲਦਾ ਕੀ ਨਹੀਂ ਚੱਲਦਾ, ਸਭ ਪਤਾ ਇਹਨਾਂ ਨੂੰ। ਮੁੱਖ ਮੰਤਰੀ ਨੇ ਐਵੇਂ ਬਸ ਸਟੇਜਾਂ ਤੋਂ ਆਖੀ ਜਾਂਦੇ ਨੇ ਐਨਓਸੀ ਖਤਮ ਹੋ ਗਈ ਹੈ, ਜ਼ਮੀਨੀ ਪੱਧਰ 'ਤੇ ਐਨਓਸੀ ਤੋਂ ਬਿਨਾਂ ਕੰਮ ਨਹੀਂ ਹੋ ਰਹੇ। ਬੜੀ ਖਜਲ ਖੁਆਰੀ ਪਹਿਲਾਂ ਹੀ ਹੈ, ਕਲੈਕਟਰ ਰੇਟ ਵਾਰ ਵਾਰ ਵਧਾਈ ਜਾਂਦੇ ਨੇ, ਜਿਉਣ ਦਿਓ ਸਾਨੂੰ। ਇਹ ਲੋਕ ਕਾਫੀ ਜ਼ਿਆਦਾ ਇਸ ਮੌਕੇ ਗੁੱਸੇ ਦੇ ਵਿੱਚ ਨਜ਼ਰ ਆਏ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਗੱਲ ਪੰਚਾਇਤੀ ਚੋਣਾਂ ਦੀ ਕਰਦੇ ਹਾਂ। ਨਾਮਜ਼ਦਗੀਆਂ ਰੱਦ ਕਰਨ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ ਹੈ, ਪਰ 5 ਤਰੀਕ ਨੂੰ ਪੜਤਾਲ ਸੀ, ਸਕਰੂਟਨੀ ਜਿਸ ਨੂੰ ਆਖਿਆ ਜਾਂਦਾ ਹੈ, ਕਿ ਕਿਹੜੇ ਕਿਹੜੇ ਰੱਖੇ ਜਾਣਗੇ ਕਾਗਜ਼, ਕਿਹੜੇ ਰੱਦ ਕੀਤੇ ਜਾਣਗੇ। 5 ਤਰੀਕ ਨੂੰ ਉਹ ਦਿਨ ਸੀ, ਉਹਦੇ 3 ਦਿਨ ਲੰਘਣ ਦੇ ਬਾਵਜੂਦ 3-4 ਦਿਨ ਲੰਘ ਗਏ, ਅਜੇ ਤੱਕ ਅੰਕੜੇ ਸਾਹਮਣੇ ਨਹੀਂ ਆਏ ਸੀ ਕਿ ਕਿੰਨੇ ਮਨਜ਼ੂਰ ਹੋ ਗਏ, ਕਿੰਨੇ ਰੱਦ ਹੋ ਗਏ, ਪਰ ਹੁਣ ਅੰਕੜੇ ਸਾਹਮਣੇ ਆ ਗਏ ਨੇ। ਅੰਕੜਿਆਂ ਦੇ ਮੁਤਾਬਕ ਜਿਹੜੇ ਸਰਪੰਚੀ ਦੇ ਕਾਗਜ਼ ਰੱਦ ਕੀਤੇ ਗਏ ਨੇ ਉਹ ਹਨ 3683। ਇੰਨੀਆਂ ਨਾਮਜ਼ਦਗੀਆਂ ਸਰਪੰਚੀ ਦੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ, ਚੋਣ ਕਮਿਸ਼ਨ ਦੇ ਵੱਲੋਂ, ਅਤੇ ਪੰਚੀ ਦੀਆਂ ਨਾਮਜ਼ਦਗੀਆਂ 11,734 ਇਹ ਰੱਦ ਕਰ ਦਿੱਤੀਆਂ ਗਈਆਂ ਨੇ। ਵੱਖ ਵੱਖ ਜ਼ਿਲ੍ਹਿਆਂ ਦੇ ਅੰਕੜੇ ਵੀ ਸਾਹਮਣੇ ਆ ਗਏ ਨੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਇਹ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਅੰਮ੍ਰਿਤਸਰ ਦੇ ਵਿੱਚ 247 ਸਰਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ, ਪੰਚਾਂ ਦੀਆਂ 1387। ਬਠਿੰਡਾ 'ਚ 68 ਸਰਪੰਚ ਅਤੇ 248 ਪੰਚ। ਬਰਨਾਲਾ ਦੇ ਵਿੱਚ ਸਰਪੰਚਾਂ ਦੀਆਂ 20 ਨਾਮਜ਼ਦਗੀਆਂ ਰੱਦ ਹੋਈਆਂ ਅਤੇ ਪੰਚਾਂ ਦੀਆਂ 30।
ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਪੰਚਾਂ ਦੇ ਕਾਗਜ਼ ਰੱਦ ਹੋਏ 106 ਅਤੇ ਪੰਚਾਂ ਦੇ ਹੋਏ 242। ਫਰੀਦਕੋਟ ਦੇ ਵਿੱਚ ਸਰਪੰਚਾਂ ਦੇ 70, ਪੰਚਾਂ ਦੇ 209। ਫਾਜ਼ਿਲਕਾ ਦੇ ਵਿੱਚ ਸਰਪੰਚਾਂ ਦੇ 52, ਪੰਚਾਂ ਦੇ 138। ਗੁਰਦਾਸਪੁਰ ਦੇ ਵਿੱਚ ਸਰਪੰਚਾਂ ਦੇ 1208 ਕਾਗਜ਼ ਰੱਦ ਹੋ ਗਏ ਅਤੇ ਪੰਚਾਂ ਦੇ 3533 ਕਾਗਜ਼ ਰੱਦ ਕੀਤੇ ਗਏ। ਹੁਸ਼ਿਆਰਪੁਰ ਦੇ ਵਿੱਚ ਸਰਪੰਚਾਂ ਦੇ 18, ਪੰਚਾਂ ਦੇ 87। ਜਲੰਧਰ 'ਚ ਸਰਪੰਚਾਂ ਦੇ 68, ਪੰਚਾਂ ਦੇ 214। ਕਪੂਰਥਲਾ ਦੇ ਵਿੱਚ ਸਰਪੰਚਾਂ ਦੇ 45 ਅਤੇ ਪੰਚਾਂ ਦੇ 190। ਮਲੇਰਕੋਟਲਾ ਦੇ ਵਿੱਚ ਸਰਪੰਚਾਂ ਦੇ 4 ਅਤੇ ਪੰਚਾਂ ਦੇ 23। ਮੋਗਾ 'ਚ ਸਰਪੰਚਾਂ ਦੇ 115 ਅਤੇ ਪੰਚਾਂ ਦੇ 376। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸਰਪੰਚਾਂ ਲਈ 122 ਅਤੇ ਪੰਚਾਂ ਲਈ 399 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ। ਇਹਨਾਂ ਜ਼ਿਲ੍ਹਿਆਂ ਦੇ ਅੰਕੜੇ ਹੁਣ ਸਾਹਮਣੇ ਆ ਗਏ ਨੇ, ਪਰ ਵਿਰੋਧੀ ਧਿਰਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਨਾਮਜ਼ਦਗੀਆਂ ਧੱਕੇ ਨਾਲ ਅਤੇ ਵਿਰੋਧੀਆਂ ਦੀਆਂ ਹੀ ਰੱਦਾਂ ਕੀਤੀਆਂ ਗਈਆਂ ਨੇ। ਅੱਗੇ ਵਧਦੇ ਹਾਂ। ਸੁਖਬੀਰ ਸਿੰਘ ਬਾਦਲ ਮੈਦਾਨ ਦੇ ਵਿੱਚ ਆ ਗਏ ਨੇ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਸੁਖਬੀਰ ਬਾਦਲ ਦੇ ਵੱਲੋਂ ਧਰਨਾ ਦਿੱਤਾ ਗਿਆ। ਐਲਾਨ ਕੀਤਾ ਕਿ 10 ਤਰੀਕ ਨੂੰ ਗਿੱਦੜਬਾਹਾ ਦੇ ਵਿੱਚ ਅਕਾਲੀ ਦਲ ਵੱਡਾ ਧਰਨਾ ਦੇਵੇਗਾ ਕਥਿਤ ਧਾਂਦਲੀਆਂ ਦੇ ਖਿਲਾਫ। ਅਕਾਲੀ ਦਲ ਨੇ 25 ਪਟੀਸ਼ਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਾ ਦਿੱਤੀਆਂ ਨੇ ਅਤੇ ਅਜੇ ਹੋਰ ਪਾਵਾਂਗੇ। ਅਕਾਲੀ ਦਲ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ। ਅੱਗੇ ਵਧਦੇ ਹਾਂ, ਗੱਲ ਕਾਂਗਰਸ ਦੀ ਕਰਦੇ ਹਾਂ। SDM ਦਫ਼ਤਰ ਗਿੱਦੜਬਾਹਾ ਦੇ ਬਾਹਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਧਰਨਾ ਦਿੱਤਾ ਅਤੇ ਸਰਕਾਰ ਦੇ ਖਿਲਾਫ ਰੱਜ ਕੇ ਵਰੇ। ਰਾਜਾ ਵੜਿੰਗ ਆਖਿਆ ਇਹ ਸਰਕਾਰ ਤਾਂ ਲੋਕਤੰਤਰ ਨੂੰ ਖਤਮ ਕਰਨ 'ਤੇ ਤੁਰ ਪਈ ਹੈ, ਇਹ ਵੋਟਾਂ ਹੀ ਨਹੀਂ ਪਵਾਉਣਾ ਚਾਹੁੰਦੀ, ਚੋਣਾਂ ਹੀ ਨਹੀਂ ਕਰਵਾਉਣਾ ਚਾਹੁੰਦੀ ਇਹ ਸਰਕਾਰ, ਅਸੀਂ ਵੀ ਹਾਈ ਕੋਰਟ ਜਾਵਾਂਗੇ। ਕਾਂਗਰਸ ਨੇ ਵੀ ਇਹ ਐਲਾਨ ਕਰ ਦਿੱਤਾ ਹੈ। ਅੱਗੇ ਵਧਦੇ ਹਾਂ। ਮਾਨਸਾ ਦਾ ਪਿੰਡ ਦਰਿਆਪੁਰ ਜਿੱਥੋਂ ਬਿਲਕੁਲ ਵੱਖਰੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ, ਪਿੰਡ ਨੇ ਆਪ ਹੀ ਵੋਟਾਂ ਪਵਾ ਲਈਆਂ ਅਤੇ ਆਪ ਹੀ ਨਤੀਜਾ ਵੀ ਘੋਸ਼ਿਤ ਕਰ ਦਿੱਤਾ। ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਆਪਣਾ ਸਰਪੰਚ ਸਰਬਸੰਮਤੀ ਨਾਲ ਚੁਣ ਲਿਆ, ਪੰਚਾਇਤ ਮੈਂਬਰ ਵੀ ਸਰਬਸੰਮਤੀ ਨਾਲ ਚੁਣ ਲਏ। ਇੱਕ ਪੰਚ ਨੂੰ ਲੈ ਕੇ, ਪੰਚਾਇਤ ਮੈਂਬਰ ਨੂੰ ਲੈ ਕੇ ਪੈ ਗਿਆ ਰੇੜਕਾ ਦੋ ਬੰਦਿਆਂ ਵਿਚਾਲੇ। ਅਸੀਂ ਫਿਰ ਆਪੇ ਹੀ ਵੋਟਾਂ ਕਰਵਾ ਲਈਆਂ ਪਿੰਡ ਦੇ ਵਿੱਚ ਹੀ, ਸਰਕਾਰ ਦੀ ਮਦਦ ਲਈ ਆਪ ਹੀ ਅਸੀਂ ਬੈਲਟ ਪੇਪਰ ਦੇ ਜ਼ਰੀਏ ਵੋਟਾਂ ਪਵਾ ਲਈਆਂ। ਇੱਕ ਨੂੰ ਪਈਆਂ ਨੇ 97, ਦੂਜੇ ਨੂੰ ਪਈਆਂ ਨੇ 54। ਹੁਣ 97 ਵਾਲਾ ਅਸੀਂ ਜੇਤੂ ਕਰਾਰ ਦੇ ਦਿੱਤਾ ਹੈ, ਉਹ ਪੰਚਾਇਤ ਮੈਂਬਰ ਬਣ ਗਿਆ ਹੈ। ਹੁਣ ਸਾਡੀ ਪੰਚਾਇਤ ਪੂਰੀ ਹੋ ਗਈ ਹੈ ਅਤੇ ਸਰਬਸੰਮਤੀ ਦੇ ਨਾਲ ਅਸੀਂ ਆਪਣੀ ਪੰਚਾਇਤ ਚੁਣ ਲਈ ਹੈ। ਅਸੀਂ ਆਪੇ ਹੀ ਆਪਣਾ ਇਹ ਇਲੈਕਸ਼ਨ ਕਰਵਾਉਣ ਦਾ ਕੰਮ ਵੀ ਪਿੰਡ ਦੇ ਵਿੱਚ ਕਰ ਲਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਤਿਉਹਾਰਾਂ ਦੇ ਇਸ ਸੀਜ਼ਨ ਦੇ ਵਿੱਚ ਦੁਸਹਿਰੇ ਅਤੇ ਦੀਵਾਲੀ ਤੋਂ ਪਹਿਲਾਂ ਹੁਣ ਸਿਹਤ ਵਿਭਾਗ ਐਕਟਿਵ ਹੋ ਗਿਆ ਹੈ ਅਤੇ ਉਹੀ ਕੁਝ ਹੋਣ ਲੱਗ ਪਿਆ ਜੋ ਹਰ ਵਾਰ ਦੀਵਾਲੀ ਤੋਂ ਪਹਿਲਾਂ ਹੁੰਦਾ ਹੈ, ਭਾਵ ਛਾਪੇਮਾਰੀਆਂ ਹੋਣ ਲੱਗ ਪਈਆਂ ਨੇ। ਲੁਧਿਆਣਾ ਦੇ ਤਾਜਪੁਰ ਰੋਡ 'ਤੇ ਨਗੀਨਾ ਬੇਕਰੀ ਦੇ ਵਿੱਚ ਸਿਹਤ ਮਹਿਕਮੇ ਦੇ ਵੱਲੋਂ ਇੱਕ ਛਾਪਾ ਮਾਰਿਆ ਗਿਆ। ਸਿਹਤ ਅਧਿਕਾਰੀ ਡਾਕਟਰ ਅਮਰਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇੱਥੇ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਹਨਾਂ ਦੇ ਵੱਲੋਂ ਫਰੂਟ ਕੇਕ ਬਣਾਏ ਜਾਂਦੇ ਨੇ ਪਰ ਉਹਨਾਂ ਦੇ ਵਿੱਚ ਖਰਾਬ ਆਂਡਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਅਸੀਂ ਆਏ ਚੈੱਕ ਕੀਤਾ, ਵਾਕਿਆ ਹੀ
ਖਰਾਬ ਸਨ ਆਂਡੇ ਅਤੇ ਉਹ ਟੁੱਟੇ ਪਏ ਸਨ। 4 ਕੁਇੰਟਲ ਇਹ ਖਰਾਬ ਆਂਡੇ ਅਸੀਂ ਜ਼ਬਤ ਕਰ ਲਏ ਨੇ ਅਤੇ ਇਹਨਾਂ ਦਾ ਕੁਝ ਫਰੂਟ ਵੀ ਇਹਨਾਂ ਨੇ ਰੱਖੇ ਸਨ ਉਹ ਵੀ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲੈਣੇ ਅਤੇ ਸਾਰਾ ਸਮਾਨ ਨਸ਼ਟ ਕਰ ਦਿੱਤਾ ਜਾਵੇਗਾ ਕਿਉਂਕਿ ਇਹ ਖਾਣ ਯੋਗ ਨਹੀਂ ਹੈ, ਇਹ ਖਰਾਬ ਹੈ। ਇਹਨਾਂ ਦਾ ਇੱਕ ਤਾਂ ਅਸੀਂ ਬਿਲਕੁਲ ਗਲਤ ਮਾਹੌਲ ਦੇ ਵਿੱਚ ਖਾਣਾ ਬਣਾਉਣ ਦੇ ਕਰਕੇ ਚਲਾਣ ਕੱਢ ਦਿੱਤਾ ਹੈ ਅਤੇ ਦੂਜਾ ਇਹਨਾਂ ਦੇ ਕੋਲ ਲਾਇਸੈਂਸ ਵੀ ਹੈ ਨਹੀਂ ਸੀ, ਇਸ ਕਰਕੇ ਇਹਨਾਂ 'ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਇਸ ਮਸਲੇ 'ਤੇ ਕੀਤੀ ਜਾਵੇਗੀ। DHO ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਨਸ਼ੇ ਦੇ ਕਰਕੇ ਮੌਤਾਂ ਦਾ ਦੌਰ ਲਗਾਤਾਰ ਜਾਰੀ ਹੈ। 2 ਮੌਤਾਂ ਦੀਆਂ ਖਬਰਾਂ ਆਈਆਂ ਨੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ। ਪਹਿਲੀ ਖਬਰ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਸਾਹਮਣੇ ਆਈ ਜਿੱਥੇ 21 ਸਾਲਾ ਜਤਿੰਦਰ ਸਿੰਘ ਦੀ ਮੌਤ ਨਸ਼ੇ ਦੇ ਕਰਕੇ ਹੋ ਗਈ ਹੈ। ਪਿੰਡ ਵਾਸੀਆਂ ਨੇ ਇਹ ਗੱਲ ਆਖੀ। ਪਰਿਵਾਰਕ ਮੈਂਬਰਾਂ ਨੇ ਆਖਿਆ ਰਾਤ ਨੂੰ ਘਰੇ ਨਹੀਂ ਆਇਆ ਸੀ। ਅਗਲੇ ਦਿਨ ਕਿਸੇ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਦੇ ਵਿੱਚ ਉਸਦੀ ਮ੍ਰਿਤਕ ਦੇਹ ਪਈ ਹੈ, ਨਸ਼ੇ ਦੀ ਉਸਨੂੰ ਲੱਤ ਸੀ, ਆਦਤ ਸੀ, ਇਸ ਕਰਕੇ ਉਹ ਮੌਤ ਦੇ ਮੂੰਹ ਦੇ ਵਿੱਚ ਚਲਿਆ ਗਿਆ ਹੈ। ਦੂਜੀ ਖਬਰ ਪੰਜਾਬ ਦੇ ਦੂਜੇ ਕੋਨੇ ਤੋਂ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਪੂਲੀ ਦੇ ਇੱਕ ਮਜ਼ਦੂਰ ਘਰ ਦੇ ਨੌਜਵਾਨ ਦੀ ਵੀ ਨਸ਼ੇ ਦੇ ਕਰਕੇ ਮੌਤ ਹੋ ਗਈ ਹੈ। ਇਲਾਕਾ ਨਿਵਾਸੀ ਬਹੁਤ ਔਖੇ ਨੇ, ਆਖਦੇ ਨੇ ਕਿ ਨਸ਼ੇ 'ਤੇ ਠੱਲ ਪੈਣੀ ਚਾਹੀਦੀ ਹੈ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।